ਹੁਣ ਤੁਹਾਨੂੰ ਲੈ ਚਲਦੇ ਹਾਂ ਸ਼ਰਾਬ ਫੈਕਟਰੀ ਦੇ ਖਿਲਾਫ ਲੱਗੇ ਜ਼ੀਰਾ ਮੋਰਚਾ ਦੇ ਵੱਲ ਪਿੰਡ ਮਨਸੂਰਵਾਲ ਕਲਾਂ ਦੇ ਵਿੱਚ ਜਿਹੜੀ ਮਾਲਬ੍ਰੋਸ ਕੰਪਨੀ ਦੀ ਸ਼ਰਾਬ ਫੈਕਟਰੀ ਲੱਗੀ ਹੋਈ ਹੈ ਧਰਨਾ ਉਸਤੇ ਬਾਹਰ ਲਗਾਤਾਰ ਜਾਰੀ ਹੈ 6 ਮਹੀਨੇ ਥੋੜੇ ਦਿਨਾਂ ਬਾਅਦ ਹੋ ਜਾਣਗੇ ਤੇ ਜ਼ਹਿਰੀਲੇ ਪਾਣੀ ਦੇ ਨਾਲ ਇਸ ਇਲਾਕੇ ਦੇ ਵਿੱਚ ਕਈ ਲੋਕਾਂ ਤੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਫੈਕਟਰੀ ਮਾਲਕ ਸਰਕਾਰ ਅਤੇ ਅਦਾਲਤ ਨੂੰ ਹੁਣ ਤੱਕ ਧੋਖਾ ਹੀ ਦਿੰਦੇ ਆਏ ਨੇ ਪਰ ਹੁਣ ਜ਼ੀਰਾ ਫੈਕਟਰੀ ਚੋਂ ਨਿਕਲਣ ਵਾਲੇ ਪਾਣੀ ਦੀ ਵਜ੍ਹਾ ਕਰਕੇ ਮਨਸੂਰਵਾਲ ਕਲਾਂ ਦੇ ਵਿੱਚ ਇੱਕ ਜਿਹੜੀ ਨੌਜਵਾਨ ਦੀ ਤਾਜ਼ਾ ਮੌਤ ਹੋਈ ਹੈ ਉਸ ਤੋਂ ਬਾਅਦ ਸਰਕਾਰ ਨੂੰ ਜ਼ਰੂਰ ਇਸ ਮਸਲੇ ਵੱਲ ਧਿਆਨ ਦੇਣਾ ਹੀ ਚਾਹੀਦਾ ਹੈ ਸਰਕਾਰ ਨੂੰ ਜ਼ਰੂਰ ਜਾਣਨਾ ਚਾਹੀਦਾ ਹੈ ਕਿ ਮੌਤ ਕਿਸ ਦੀ ਹੋਈ ਹੈ ਅਸੀਂ ਸਰਕਾਰ ਨੂੰ ਦੱਸਣਾ ਚਾਹਾਂਗੇ ਕੇ ਮਨਸੂਰਵਾਲ ਕਲਾਂ ਦੇ ਨੌਜਵਾਨ ਰਾਜਵੀਰ ਸਿੰਘ ਦੀ ਮੌਤ ਸਿਰਫ ਇਸ ਗੰਦੇ ਪਾਣੀ ਦੀ ਵਜ੍ਹਾ ਕਰਕੇ ਹੋਈ ਹੈ 28 ਦਸੰਬਰ ਨੂੰ ਮੌਤ ਹੋਣ ਤੋਂ ਬਾਅਦ ਤੇ ਸੰਸਕਾਰ ਤੋਂ ਪਹਿਲਾਂ ਨੌਜਵਾਨ ਰਾਜਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਸਾਂਝਾ ਮੋਰਚਾ ਦੇ ਵਿੱਚ ਲਿਆਂਦਾ ਗਿਆ ਮੋਰਚੇ ਦੇ ਝੰਡੇ ਵਿੱਚ ਲਪੇਟ ਕੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਲੈ ਜਾਇਆ ਗਿਆ ਤੇ ਅੰਤਿਮ ਵਿਦਾਇਗੀ ਸੰਕੜੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਦਿੱਤੀ ਗਈ ਜਾਨ ਗਵਾਉਣ ਵਾਲਾ ਰਾਜਵੀਰ ਸਿੰਘ ਕੌਣ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਦਰਅਸਲ 28 ਦਸੰਬਰ ਨੂੰ ਮੌਤ ਤੋਂ ਕੁਝ ਦਿਨ ਪਹਿਲਾਂ 4-5 ਦਿਨ ਪਹਿਲਾਂ ਰਾਜਵੀਰ ਸਿੰਘ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਜ਼ੀਰਾ ਸ਼ਰਾਫ ਫੈਕਟਰੀ ਨੇ ਨਾ ਸਿਰਫ ਉਸ ਦੀ ਜ਼ਿੰਦਗੀ ਨੂੰ ਮੌਤ ਦੇ ਕੰਢੇ ਤੇ ਲੈ ਆਂਦਾ ਬਲਕਿ ਪੂਰਾ ਪਰਿਵਾਰ ਹੀ ਬਿਮਾਰ ਪੈ ਗਿਆ ਜ਼ੀਰਾ ਫੈਕਟਰੀ ਦੇ ਪਾਣੀ ਵਿੱਚ ਪਾਣੀ ਕਾਰਨ ਰਾਜਵੀਰ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਗਈਆਂ ਹਰ 5 ਦਿਨ ਬਾਅਦ ਉਸ ਨੂੰ ਡਾਇਲਿਸਿਸ ਕਰਵਾਉਣਾ ਪੈਂਦਾ ਸੀ ਇੱਕ ਮਹੀਨੇ ਦੇ ਵਿੱਚ ਉਹ ਆਪਣਾ 2.5 ਲੱਖ ਤੱਕ ਦਾ ਖਰਚਾ ਕਰ ਦਿੰਦਾ ਸੀ ਪਰ ਇਸ ਦੇ ਬਾਵਜੂਦ ਵੀ ਉਹ ਬਚ ਨਹੀਂ ਸਕਿਆ ਮੌਤ ਤੋਂ ਕੁਝ ਦਿਨ ਪਹਿਲਾਂ ਉਹ ਮੋਰਚੇ ਦੇ ਨਾਂ ਆਪਣੇ ਬੱਚਿਆਂ ਦਾ ਵਾਸਤਾ ਦੇ ਕੇ ਇੱਕ ਸੁਨੇਹਾ ਛੱਡ ਕੇ ਗਿਆ ਹੈ ਮੌਤ ਤੋਂ ਪਹਿਲਾਂ ਰਾਜਵੀਰ ਇੱਕ ਇੰਟਰਵਿਊ ਹੋਇਆ ਸੀ ਜਿਸ ਦੇ ਵਿੱਚ ਉਸਨੇ ਸਾਰੀ ਗੱਲਬਾਤ ਦੱਸੀ ਸੀ ਕਿ ਉਹਦੇ ਖੇਤ ਜ਼ੀਰਾ ਫੈਕਟਰੀ ਦੇ ਨਾਲ ਲੱਗਦੇ ਸੀ ਸਿਰਫ 500 ਮੀਟਰ ਦਾ ਹੀ ਫਰਕ ਸੀ ਜਦੋਂ ਫੈਕਟਰੀ ਦੀ ਉਸਾਰੀ ਹੋ ਰਹੀ ਸੀ ਤਾਂ ਉਹਨਾਂ ਨੂੰ ਜ਼ਮੀਨ ਵੇਚਣ ਦੇ ਲਈ ਵੱਡਾ ਲਾਲਚ ਵੀ ਦਿੱਤਾ ਗਿਆ ਪਰ ਉਹਨਾਂ ਨੇ ਜ਼ਮੀਨ ਨਹੀਂ ਵੇਚੀ ਖੇਤੀਦਾਰਾਂ ਨੂੰ ਅਕਸਰ ਫੈਕਟਰੀ ਚੋਂ ਨਿਕਲਣ ਵਾਲੀ ਰਾਖ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਪਰੇਸ਼ਾਨੀ ਪੈਦਾ ਕਰਦੀ ਸੀ ਫੈਕਟਰੀ ਚੋਂ ਨਿਕਲਣ ਵਾਲੇ ਪਾਣੀ ਦੀ ਵਜ੍ਹਾ ਕਰਕੇ ਜ਼ਮੀਨ ਦਾ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਸੀ ਕਣਕ ਤੇ ਰਾਖ ਚੜ ਜਾਂਦੀ ਸੀ ਉਸੇ ਨੂੰ ਹੀ ਫਿਰ ਖਾਣਾ ਪੈਂਦਾ ਸੀ ਮਰਦੇ ਕੀ ਨਾ ਕਰਦੇ ਤੇ ਸਿੱਟਾ ਇਹ ਹੋਇਆ ਕਿ ਹੌਲੀ ਹੌਲੀ ਪਰਿਵਾਰਕ ਮੈਂਬਰ ਬਿਮਾਰ ਰਹਿਣ ਲੱਗ ਪਏ ਰਾਜਵੀਰ ਦੇ ਸਰੀਰ ਤੇ ਗੰਦੇ ਪਾਣੀ ਅਤੇ ਰਾਖ ਨੇ ਸਭ ਤੋਂ ਵੱਧ ਅਸਰ ਕੀਤਾ ਉਸ ਦੀਆਂ ਤਾਂ ਕਿਡਨੀਆ ਹੀ ਫੇਲ ਹੋ ਗਈਆਂ ਤੇ ਹੁਣ ਉਸ ਦੀ ਮੌਤ ਦੀ ਖਬਰ ਵੀ ਮਿਲ ਗਈ ਐ ਸਿਰਫ ਇੰਨਾ ਹੀ ਨਹੀਂ ਰਾਜਵੀਰ ਨੇ ਦੱਸਿਆ ਸੀ ਕਿ ਫੈਕਟਰੀ ਚੋਂ ਨਿਕਲਣ ਵਾਲੀ ਸਵਾਹ ਕਰਕੇ ਉਸ ਦੇ ਪਿਤਾ ਨੂੰ ਵੀ ਹੁਣ ਵਿਖਾਈ ਨਹੀਂ ਦਿੰਦਾ ਛੋਟੇ ਛੋਟੇ ਬੱਚਿਆਂ ਦੀ ਚਿੰਤਾ ਉਸ ਨੂੰ ਦਿਨ ਰਾਤ ਸਤਾਉਂਦੀ ਰਹਿੰਦੀ ਸੀ ਕਿਧਰੇ ਨਾ ਕਿਧਰੇ ਰਾਜਵੀਰ ਨੂੰ ਵੀ ਪਤਾ ਸੀ ਕਿ ਉਸ ਤੇ ਸਾਹ ਹੁਣ ਜ਼ਿਆਦਾ ਦੇਰ ਉਹਦਾ ਸਾਥ ਨਹੀਂ ਦੇਣਗੇ ਇਸ ਲਈ ਜਾਣ ਤੋਂ ਪਹਿਲਾਂ ਉਸ ਨੇ ਮੋਰਚੇ ਦੇ ਨਾਮ ਸੁਨੇਹਾ ਵੀ ਦਿੱਤਾ ਕਿਆ ਕਿ ਬਿਮਾਰ ਹੋਣ ਕਰਕੇ ਉਹ ਮੋਰਚੇ ਵਿੱਚ ਨਹੀਂ ਜਾ ਸਕਿਆ ਪਰ ਪਰਿਵਾਰ ਦੇ ਹੋਰ ਮੈਂਬਰ ਜ਼ਰੂਰ ਜਾਂਦੇ ਨੇ ਮੋਰਚੇ ਤੋਂ ਰਾਜਵੀਰ ਸਿੰਘ ਗਿੱਲ ਨੂੰ ਕਾਫੀ ਉਮੀਦਦਾ ਸਨ ਜਾਂਦੇ ਜਾਂਦੇ ਉਸਨੇ ਕਿਹਾ ਕਿ ਭਾਵੇਂ ਮੇਰੀ ਜ਼ਿੰਦਗੀ ਜ਼ਿਆਦਾ دیر ਨਹੀਂ ਰਹੂਗੀ ਪਰ ਉਹ ਮੋਰਚੇ ਦੇ ਵਿੱਚ ਸ਼ਾਮਲ ਹਰੇਕ ਸ਼ਖਸ ਨੂੰ ਅਪੀਲ ਕਰਕੇ ਗਿਆ ਕਿ ਸ਼ਰਾਬ ਫੈਕਟਰੀ ਬੰਦ ਕਰਵਾ ਕੇ ਹੀ ਹਟਿਓ ਇੱਥੋਂ ਸ਼ਰਾਬ ਫੈਕਟਰੀ ਬੰਦ ਕਰਵਾ ਕੇ ਉੱਠਿਓ ਤਾਂ ਜੋ ਬੱਚਿਆਂ ਦਾ ਭਵਿੱਖਤਾ ਬਚ ਜਾਵੇ ਸੋ ਮੋਰਚੇ ਤੋਂ ਕੋਈ ਚੰਗੀ ਖਬਰ ਤਾਂ ਨਹੀਂ ਆਈ ਸਰਕਾਰ ਦੇ ਵੱਲੋਂ ਪਰ ਇੱਕ ਗਮਗੀਨ ਖਬਰ ਹੈ ਉਸ ਨੇ ਜ਼ਰੂਰ ਸਾਰਿਆਂ ਨੂੰ ਉਦਾਸ ਕਰ ਦਿੱਤਾ ਤੇ ਕੋਈ ਪਹਿਲੀ ਮੌਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਲੋਕ ਆਪਣੀਆਂ ਜ਼ਿੰਦਗੀਆਂ ਨੇ ਜਿਹੜੀਆਂ ਉਸ ਤਰੰਗ ਕਬਾਰ ਰਹੇ ਨੇ ਸਿਰਫ ਤੇ ਸਿਰਫ ਇੱਕ ਸ਼ਰਾਬ ਫੈਕਟਰੀ ਦੇ ਕਰਕੇ ਫੈਕਟਰੀ ਜਿਹੜੀ ਇੱਥੇ ਲੱਗੀ ਹੋਈ ਹੈ ਉਹ ਵੀ दारू ਦੀ ਹੈ दारू ਜਿਹੜੀ ਇਸ ਤੋਂ ਬਣਾ ਕੇ ਲੋਕਾਂ ਨੂੰ ਵੇਚੀ ਜਾਂਦੀ ਹੈ ਉਹ ਵੀ ਲੋਕਾਂ ਦੀ ਸਿਹਤ ਦੇ ਲਈ ਮਾੜੀ ਹੈ ਤੇ ਜਿਹੜਾ ਸ਼ਰਾਬ ਫੈਕਟਰੀ ਇੱਥੇ ਪ੍ਰਦੂਸ਼ਣ ਫੈਲਾ ਰਹੀ ਹੈ ਉਹਦੇ ਨਾਲ ਚੰਗੇ ਭਲੇ ਲੋਕਾਂ ਦੀ ਵੀ ਮੌਤ ਹੋ ਰਹੀ ਹੈ ਜ਼ੀਰਾ ਮੋਰਚੇ ਨੇ ਫਿਰ ਸਰਕਾਰ ਨੂੰ ਸਵਾਲ ਕੀਤੇ ਨੇ ਕਿ ਸਰਕਾਰ ਦੇ ਵੱਲੋਂ ਬਣਾਈਆਂ ਕਮੇਟੀਆਂ ਅਨਾਪੂਰਤੀ ਕਾਰਨ ਪਹੁੰਚੀਆਂ ਨਹੀਂ ਤੇ ਜਾਂਚ ਕਮੇਟੀ ਦੇ ਨਾਲ 4 ਗੁਣਾ ਵੱਧ ਪੁਲਿਸ ਫੋਰਸ ਜਾਂਦੀ ਹੈ ਇਹ ਮੋਰਚੇ ਦੇ ਲੀਡਰਾਂ ਨੇ ਇਲਜ਼ਾਮ ਲਾਏ ਨੇ ਕਹਿੰਦੇ ਸਬੂਤ ਮਿਟਾ ਰਹੇ ਫੈਕਟਰੀ ਮਾਲਕ ਤੇ ਪਰਚਾ ਦਰਜ ਨਾ ਹੋਣਾ ਕਮੇਟੀਆਂ ਦਾ ਨੋਡਲ ਅਫਸਰ ਲੋਕਲ ਡੀਸੀ ਨੂੰ ਲਾਉਣਾ ਸ਼ੱਕ ਪੈਦਾ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਾਣੀ ਦੇ ਮਸਲੇ ਨੂੰ ਲੈ ਕੇ ਸੁਹਿਦ ਹੀ ਨਹੀਂ ਹੈ